ਦੇ ਸਾਹਮਣੇ ਐਨ ਮੁਰਸ਼ਦ ਤੇ ਮੈਂ ਆਪਣੀ ਗਰਦਨ ਉਠਾ ਨਹੀਂ ਸਕਦਾ ਨਾ ਹੁੰਦੀ ਮਿਹਰਬਾਨ ਜੇ ਮਾਂ ਸਰਸਵਤੀ ਤੇ ਮੈਂ ਕਦੀ ਗਾ ਨਹੀਂ ਸਕਦਾ ਬਖਸ਼ੀ ਹੁੰਦੀ ਨਾ ਤਾਕਤ ਮੇਰੇ ਪੈਰਾਂ ਨੂੰ ਤਾਂ ਮੈਂ ਚੱਲ ਕੇ ਦਰ ਤੇ ਆ ਨਹੀਂ ਸਕਦਾ ਮਿਲੀਆਂ ਦਰ ਤੇਰੇ ਤੋਂ ਖੁਸ਼ੀਆਂ ਬੇਸ਼ੁਮਾਰ ਸਾਈਆਂ ਇਹ ਦਰ ਛੱਡ ਕੇ ਮੈਂ ਹੋਰ ਕਿਤੇ ਵੀ ਜਾ ਨਹੀਂ ਸਕਦਾ ਸੋ ਕੀ ਲਿਖਿਆ ਕੋਈ ਕਹਿੰਦਾ ਮੈਨੂੰ ਸਾਧ ਬਣਾ ਦੇ ਕੋਈ ਕਹਿੰਦਾ ਫੱਕਰ ਬਣਾ ਦੇ ਕੋਈ ਕਹਿੰਦਾ ਅਮੀਰ ਬਣਾ ਦੇ ਪਰ ਮੈਂ ਆਪਣੇ ਸਾਈਆਂ ਨੂੰ ਕੀ ਕਹਿੰਦਾ ਮੇਰੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ ਸੋ ਜ਼ਰਾ ਗੌਰ ਕਰਨਾ ਜੀ ਇੱਕ ਨਜ਼ਰ ਕਰਮ ਦੀ ਤੱਕਦਾ
ਕੁੱਤੇ ਨੂੰ ਪੈ ਗਏ ਕੀੜੇ, ਇੱਕ ਕੁੱਤੇ ਨੂੰ ਪੈ ਗਏ ਕੀੜੇ ਤੇ ਕੋਈ ਉਸ ਵੱਲ ਨਾ ਤੱਕੇ। ਲੱਭਦੇ ਜੀਵ ਤੋਂ ਨਫ਼ਰਤ ਕਰਦੇ ਭੈੜੇ ਲੋਕ ਪੱਤੇ, ਇੱਕ ਹਾਜੀ ਚੱਲਾ ਹੱਜ ਕਰਨ ਲਈ, ਉਹਨੇ ਚੁੱਪ ਕੁੱਤੇ ਨੂੰ ਗਾਲਾਂ ਲਾਇਆ, ਸਭ ਰਹਿ ਗਏ ਹੱਕੇ ਬੱਕੇ। ਹਾਜੀ ਤੇਰਾ ਹੱਜ ਕਬੂਲ ਹੋਇਆ, ਤੈਨੂੰ ਲੋੜ